ਸਾਡੀਆਂ ਜਾਨਕੀ ਗੱਡੀਆਂ ਜਿਹੜੀਆਂ ਬਣ ਕੇ ਗਈਆਂ ਬਿਹਾਰ, ਅਸਾਮ, ਗੁਜਰਾਤ ਅਨ ਜਾਨਕੀ ਆਲਮੋਸਟ ਆਲ ਇੰਡੀਆ ਹੀ ਕਾਫੀ ਬਣ ਕੇ ਜਾਂਦੀਆਂ ਐ ਹੁਣੇ ਮੇਰੇ ਤੋਂ ਗੱਡੀਆਂ ਜਿਹੜੀਆਂ ਬਣ ਰਹੀਆਂ ਐ ਇਹ ਸਾਰੀਆਂ ਜੀ ਉੱਥੋਂ ਦੀਆਂ ਐ ਕਾ ਨਾਮ ਕਲਕੱਤੇ ਦੀਆਂ ਕਲਕੱਤੇ ਤੋਂ ਆਏ ਵੇ ਆ ਜੀ ਅਗਲੇ ਸੈਟੀਸਫਾਈਡ ਹੋਏ ਆ ਤਾਂ ਦੁਆਰਾ ਸਾਡੇ ਕੋਲੇ ਆਉਂਦੇ ਆ ਅਸੀਂ ਜੀ ਜਿਵੇਂ ਕਿ ਟਰੱਕ ਬੋਡੀ 10 ਚੱਕੀ, 6 ਚੱਕੀ, 14 ਚੱਕੀ, 16 ਚੱਕੀ ਟਰਾਲੇ ਠੀਕ ਹੈ ਜੀ ਟਿਪਰ ਟਰਾਲੇ ਤੇ ਆਪਣੇ ਜੋ ਸਟੀਲ ਕੇ ਬਣਾ ਸਾਰੇ ਜਾਂ ਛੋਟੀ ਟਰਾਲੀ ਸਾਰਾ ਕੁਝ ਆਲਮੋਸਟ ਜਿੰਨਾ ਕਿ ਟਰੱਕ ਲਾਈਨ ਦਾ ਆਪਣਾ ਚੱਲਣ ਵਾਲਾ ਸਾਰਾ ਕੁਝ ਬਣਾਉਨੇ ਪਾਟ ਸਾਰੇ ਅਸੀਂ ਕਈ ਲੋਕ ਟਰਾਲੀਆਂ ਦਾ ਹਰੇਕ ਹੁਣ ਬਣਾਈ ਜਾਂਦੇ ਆ ਉਹਨਾਂ ਦੇ ਕੋਈ ਕਦੇ ਕੋਈ ਟਾਇਰ ਖਾਨ ਲੱਗ ਜਾਂਦੀ ਆ ਮਾੜਾ ਲੋਹਾ ਲਾਉਂਦੇ ਆ ਸਾਡੀ ਇਹ ਫੁੱਲ ਹੈਗੀ ਆ ਵੀ ਕੋਈ ਟਰਾਲੀ ਸਾਡੀ ਟਾਇਰ ਨਹੀਂ ਖਾਊਗੀ ਫੁੱਲ ਸਾਡੀ ਗਾਰੰਟੀ ਹੋਊਗੀ ਹਰੇਕ ਚੀਜ਼ ਦੀ ਵੀ ਜਾਨੀ ਕਿ ਨਾ ਕੋਈ ਵੈਲਡਿੰਗ ਕਰੇ ਬਟ ਟੋਟਲ ਮੈਗ ਵੈਲਡਿੰਗ ਹੀ ਯੂਜ਼ ਕਰਦੇ ਆ ਇੱਕ ਮੈਂ ਹੋਰ ਦੱਸਾਂ ਮੈਂ ਜਿਹੜੇ ਕੋਇਲਾਂ ਦੇ ਉੱਤੇ ਕੁਆਲਿਟੀ ਹੁੰਦੀ ਆ ਟਰਾਲੀਆਂ ਦੇ ਵਿੱਚ ਅਸੀਂ ਸਰਫੇਸ ਸਪੈਸ਼ਲ ਟਰਾਲੀ ਤਿਆਰ ਕਰਦੇ ਆ ਉਹਨੂੰ ਕੋਈ ਰੱਸਾ ਪਾਉਣ ਦੀ ਲੋੜ ਨਹੀਂ ਕੋਈ ਕੁਝ ਕਰਨ ਦੀ ਲੋੜ ਨਹੀਂ ਕੋਇਲ ਉਹਦੇ ਵਿੱਚ ਉਹਨਾਂ ਹੀ ਫਿੱਟ ਰ ਆ ਜਾਂਦਾ ਹੈ ਬਸ ਚਾਹੇ 10 ਟਨ ਦਾ ਕੁਆਡ ਰੱਖ ਲਓ 5 ਦਾ ਰੱਖ ਲਓ ਚਾਹੇ 15 ਟਨ ਦੇ ਦੋ ਦੋ ਰੱਖ ਲਓ ਨਹੀਂ ਜੀ ਮਾਰ ਕਾਰੀਗਰ ਸਾਡੇ ਕੋਲੇ ਕਈ ਸਾਡੇ ਜਿਹੜੇ ਕਾਰੀਗਰ ਨੇ ਡਿਪਲੋਮਾ ਵੀ ਕੀਤਾ ਵੇਸ ਕੰਮ ਦਾ ਉਹ ਪੁਰਾਣੇ ਆ ਸਾਡੇ ਬੰਦੇ ਯਾਨੀ ਕਿ ਕੋਈ ਵੀ ਜੇ ਕੰਪਲੇਂਟ ਆਉਂਦੀ ਆ ਉਹਨਾਂ ਨੂੰ ਅਸੀਂ ਕਹਿੰਨੇ ਆ ਜੀ ਵੀ ਜਾ ਕੇ ਕੰਪਲੇਂਟੀਆਂ ਹੋਇਆ ਯਾਨੀ ਕਿ ਉਹਨਾਂ ਨੇ ਵੀ ਮੇਰੇ ਕੋਲ ਜਿਹੜੇ ਕਾਰੀਗਰ 15 15 ਤੋਂ 20 20 ਸਾਲ ਹੋ ਗਏ ਇੱਥੇ ਸਾਡੇ ਕੋਲੇ ਦੋਸਤ ਬਾਡੀ ਬਿਲਡਰ ਇੰਡਸਟਰੀ ਦੇ ਵਿੱਚ ਖੜੇ ਆ ਅ ਇਸ ਸਮੇ ਆਪਣੇ ਨਾਲ ਕੁਝ ਆ ਉਹ ਵੀਰ ਨੇ ਜਿਹੜੇ ਇੱਥੇ ਬਾਡੀ ਲਗਾਉਣ ਵਾਸਤੇ ਆਏ ਨੇ ਗੱਡੀ ਦੇ ਬਾਡੀ ਲਗਾਉਣ ਵਾਸਤੇ ਇਹਨਾਂ ਤੋਂ ਜਾਣਕਾਰੀ ਲੈ ਲੈਣੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਪਣਾ ਕੀ ਨਾਮ ਹੈ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਕਿਹੜੀ ਜਗ੍ਹਾ ਤੋਂ ਆਇਓ ਹਾਂ ਅਮਰਸਰ ਤੋਂ ਆਇਆ ਹਾਂ ਅਮਰਸਰ ਤੋਂ ਟਰੱਕ ਦੇ ਗੱਡੀ ਦੇ ਬਾਡੀ ਲਗਾਉਣ ਵਾਸਤੇ ਹਾਂਜੀ ਭਾਈ ਕਿਹੜੀ ਗੱਡੀ ਦੇ ਬਾਡੀ ਲਗਾਉਣਾ ਹੈ 100 ਰੁਪਏ ਦੇ ਟਰਾਂਸਪੋਰਟ ਦੇ 100 ਰੁਪਏ ਟਰਾਂਸਪੋਰਟ ਵੱਲੋਂ ਤੁਸੀਂ ਆਇਓ ਅ ਪਹਿਲਾਂ ਵੀ ਇੱਕ ਦੀ ਰਸਰਵ ਟਰਾਂਸਪੋਰਟ ਦੀਆਂ ਬਾੜੀਆਂ ਇੱਥੋਂ ਲਗਦੀਆਂ ਨੇ ਹਾਂਜੀ ਭਾਜੀ ਪਹਿਲੇ ਵੀ 30 40 ਟਰਾਲੀਆਂ ਇਹਨਾਂ ਨੇ ਇੱਥੋਂ ਬਣਵਾਈਆਂ ਆਈਆਂ ਨੇ ਹਾਂਜੀ ਇਹਨਾਂ ਦਾ ਕੰਮ ਬਹੁਤ ਵਧੀਆ ਵਾ ਹਾਂਜੀ ਤੇ ਮੈਂ ਇਸ ਗੱਡੀ ਦੇ ਹੁਣ ਥੋੜਾ ਜਿਹਾ ਕੰਮ ਹੀ ਕਰਵਾਉਣਾ ਆਇਆ ਸੀ ਤੇ ਬਹੁਤ ਵਧੀਆ ਇਹਨਾਂ ਦਾ ਭਾਈ ਹੁਣਾਂ ਦਾ ਕੰਮ ਲੱਗਾ ਹਾਂਜੀ ਤੁਸੀਂ ਵੀਰ ਜੀ ਕਿਹੜੀ ਜਗ੍ਹਾ ਤੋਂ ਮੱਲਾ ਵਾਲੇ ਤੋਂ ਹੀ ਮੱਲ ਵਾਲੇ ਤੋਂ ਮੱਲਾ ਵਾਲੇ ਤੋਂ ਤੁਸੀਂ ਬਾੜੀ ਲਗਵਾਉਣ ਆਏ ਹੋ ਗੱਡੀ ਦੇ ਅ ਪਹਿਲਾਂ ਵੀ ਤੁਸੀਂ ਇੱਥੋਂ ਗੱਡੀ ਦੇ ਬਾੜੀ ਲਵਾਉਂਦੇ ਹੋ ਹਾਂ ਕਰਾਉਂਦੇ ਰਹੇ ਕੰਮ ਇੱਥੋਂ ਹੀ ਕਰਾਉਂਦੇ ਰਹੇ ਕੰਮ ਨੂੰ ਕਿਵੇਂ ਲੱਗਦਾ ਕੰਮ ਕੰਮ ਬਹੁਤ ਵਧੀਆ ਇਹਨਾਂ ਦਾ ਇਹਦੇ ਇੱਕ ਗੜੀ ਕਰਾਈ ਇੱਕ ਦੂਜੀ ਫੇਰ ਕਰਾਉਣੀ ਹੈ। ਅਹ ਦੋਸਤੋ ਇਹ ਗਾਹਕ ਜਿਹੜੇ ਹੈ ਸੀ ਵੀਰ ਨਿਊ ਦੋਤਰੀ ਇੰਡਸਟਰੀ ਤੋਂ ਜਿਹੜੇ ਬਾਡੀ ਲਵਾਉਂਦੇ ਨੇ ਬਾਡੀ ਬਿਲਡਰ ਵਰਕਸ਼ਾਪ ਦੇ ਵਿੱਚੋਂ ਉਹਨਾਂ ਨਾਲ ਆਪਾਂ ਗੱਲਬਾਤ ਕਰ ਰਹੇ ਸੀ। ਅਹ ਕਦੀ ਵੀ ਜ਼ਰੂਰਤ ਪਵੇ ਆਪਾਂ ਹੋਰ ਵੀ ਗੱਲਬਾਤ ਅੱਗੇ ਜਾਰੀ ਰੱਖਾਂਗੇ। ਦੋਸਤੋ ਅੱਜ ਆਪਾਂ ਸ਼ਹਿਰ ਮੋਗਾ ਦੇ ਵਿੱਚ ਆ ਪੰਜਾਬ ਦਾ ਜਿਹੜਾ ਮਸ਼ਹੂਰ ਸ਼ਹਿਰ ਹੈ ਮੋਗਾ ਮੋਗਾ ਦੇ ਵਿੱਚ ਆਏ ਹਾਂ ਮੋਗਾ ਦੇ ਵਿੱਚ ਇੱਕ ਟਰੱਕ ਬੋਡੀ ਘੋੜੇ ਟਰਾਲੇ ਦੀਆਂ ਬੋਡੀਆਂ ਲਾਈਆਂ ਜਾਂਦੀਆਂ ਇੱਕ ਪੁਰਾਣੀ ਤੇ ਮਸ਼ਹੂਰ ਜਿਹੜੀ ਫੈਕਟਰੀ ਹੈ ਇੰਡਸਟਰੀ ਹੈ ਆਪਾਂ ਇਹਨਾਂ ਨੂੰ ਮਿਲਣ ਵਾਸਤੇ ਆਏ ਸੀ ਇੱਥੇ ਬੈਠੇ ਹਾਂ ਨਿਊ ਦੌਧਰੀਏ ਬੋਡੀ ਬਿਲਡਰ ਅੱਜ ਆਪਾਂ ਇਸ ਇੰਡਸਟਰੀ ਦੇ ਵਿੱਚ ਇਸ ਵਰਕਸ਼ਾਪ ਦੇ ਵਿੱਚ ਪਹੁੰਚੇ ਆਂ ਇਸ ਸਮੇਂ ਆਪਾਂ ਗੱਲਬਾਤ ਕਰਦੇ ਆਂ ਸੁਰਿੰਦਰ ਸਿੰਘ ਗੋਗੀ ਆਪਣੇ ਨਾਲ ਨੇ ਸੁਰਿੰਦਰ ਸਿੰਘ ਗੋਗੀ ਜੀ ਨਾਲ ਗੱਲਬਾਤ ਕਰਦੇ ਆਂ ਜਿਹੜੇ ਆਂਡਰ ਨੇ ਇਸ ਇੰਡਸਟਰੀ ਦੇ ਮਾਲਕ ਨੇ ਇਸ ਸਮੇਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਸ਼ ਵਿਦੇਸ਼ ਵਸਦੇ ਸਾਰਿਆਂ ਨੂੰ ਪਹਿਲਾਂ ਮੇਰੇ ਵੱਲੋਂ ਬੈਪਰੀ ਸਤਿ ਸ੍ਰੀ ਅਕਾਲ ਜੀ ਸੁਰਿੰਦਰ ਸਿੰਘ ਜੀ ਤੁਹਾਡੀ ਇਹ ਸਭ ਤੋਂ ਪੁਰਾਣੀ ਵਰਕਸ਼ਾਪ ਸੁਣੀ ਜਾਂਦੀ ਆ ਮੋਗਾ ਸ਼ਹਿਰ ਦੇ ਵਿੱਚ ਤੁਸੀਂ ਘੋੜੇ ਟਰਾਲਿਆਂ ਦੇ ਬਾੜੀਆਂ ਲਾਉਂਦੇ ਹੋ ਆਪਾਂ ਅਸੀਂ ਦੇਖਿਆ ਮਤਲਬ ਬਹੁਤ ਵੱਡੀ ਇੰਡਸਟਰੀ ਹੈ ਤੁਹਾਡੀ ਇਹਨਾਂ ਟਾਈਮ ਤੁਸੀਂ ਆਪਣਾ ਨਾਮ ਸਥਾਪਿਤ ਕਿਵੇਂ ਕਰਕੇ ਰੱਖਿਆ ਇਹ ਜੀ ਮੇਰੇ ਦਾਦਾ ਜੀ ਪਹਿਲਾਂ 1963 ਦੇ ਵਿੱਚ ਕੰਮ ਸ਼ੁਰੂ ਕੀਤਾ ਉਹਨਾਂ ਨੇ ਉਸ ਤੋਂ ਬਾਅਦ ਫਿਰ ਮੇਰੇ ਪਿਤਾ ਜੀ ਆ ਗਏ ਜੀ ਇਸ ਦੇ ਵਿੱਚ ਫਿਰ ਉਹਦੇ ਤੋਂ ਬਾਅਦ ਤੀਸਰੀ ਪੀੜ੍ਹੀ ਸਾਡੀ ਇਸ ਲਾਈਨ ਦੇ ਵਿੱਚ ਆ ਜੀ ਕਿਉਂਕਿ ਪਹਿਲਾਂ ਉਹ ਟਰੱਕ ਜਦੋਂ ਡੰਡਾ ਮਾਰਕਾ ਟਰੱਕ ਨੇ ਐਸ ਗੱਟੀਆਂ ਹੁੰਦੀਆਂ ਉਦੋਂ ਤੋਂ ਲੈ ਕੇ ਹੁਣ ਤਾਂ ਇਹ 40 40 ਫੁੱਟ 60 60 ਫੁੱਟ ਦੇ ਅਸੀਂ ਵੱਡੇ ਜਿਹੜੇ ਫੱਕ ਦੇ ਚੱਲਦੇ ਆ ਬਹੁਤ ਟਰਾਲੇ ਬਣਾਈ ਜਾਂਦੇ ਆ ਮੇਰਾ ਮਤਲਬ ਇਹ ਹੀ ਹੈ ਕਿਉਂਕਿ ਹੋਰ ਵੀ ਇੰਡਸਟਰੀਆਂ ਬਣ ਚੁੱਕੀਆਂ ਆਂ ਅੱਜ ਕੱਲ ਹਰ ਸ਼ਹਿਰ ਦੇ ਵਿੱਚ ਛੋਟੀ ਗੱਡੀ ਦੇ ਵੱਡੀ ਕੋਈ ਵੱਡਾ ਮਤਲਬ ਤੁਹਾਡੇ ਕੋਲੇ ਗਾਹਕ ਜਿਹੜਾ ਦੂਜੀਆਂ ਸਟੇਟਾਂ ਤੋਂ ਵੀ ਚੱਲ ਕੇ ਉਸੇ ਤਰ੍ਹਾਂ ਹੀ ਆ ਰਿਹਾ ਜਿਵੇਂ ਪਹਿਲਾਂ ਆ ਰਿਹਾ ਸੀ ਤੇ ਤੁਸੀਂ ਆਪਣਾ ਮਤਲਬ ਮੇਨਟੇਨ ਜੀਨੂੰ ਕਹਿ ਦਿੰਦੇ ਆ ਇਹ ਕਿਵੇਂ ਕਰਕੇ ਰੱਖਿਆ ਕੀ ਕਾਰਨ ਹੈ ਜੀ ਜੀ ਵੇਖੋ ਅਸੀਂ ਨਾ ਗਾਹਕ ਦੀ ਸੰਤੁਸ਼ਟੀ ਆਪਦੇ ਸੰਤੁਸ਼ਟੀ ਸਮਝਦੇ ਆ ਸਾਡੀਆਂ ਜਣਕੀ ਗੱਡੀਆਂ ਜਿਹੜੀਆਂ ਬਣ ਕੇ ਗਈਆਂ ਬਿਹਾਰ ਅਸਾਮ ਗੁਜਰਾਤ ਅਨ ਜਨਕੀ ਆਲਮੋਸਟ ਆਲ ਇੰਡੀਆ ਹੀ ਕਾਫੀ ਬਣ ਕੇ ਜਾਂਦੀਆਂ ਆ ਹੁਣੇ ਮੇਰੇ ਤੋਂ ਗੱਡੀਆਂ ਜਿਹੜੀਆਂ ਬਣ ਰਹੀਆਂ ਆ ਇਹ ਸਾਰੀਆਂ ਜੀ ਉਤੋਂ ਦੀਆਂ ਆ ਕਿਆ ਨਾਮ ਕਲਕੱਤੇ ਦੀਆਂ ਕਲਕੱਤੇ ਤੋਂ ਆਏ ਵੇ ਆ ਜੀ ਅਗਲੇ ਸੈਟੀਸਫਾਈਡ ਹੋਏ ਆ ਤਾਂ ਦੁਬਾਰਾ ਸਾਡੇ ਕੋਲੇ ਆਉਂਦੇ ਆ ਕੰਮ ਉਹ ਵਧੀਆ ਕਰਕੇ ਦਵਾਏ ਕੋਈ ਕੰਪਲੇਂਟ ਨਾ ਆਵੇ ਇਸ ਕਰਕੇ ਦੁਬਾਰਾ ਫਿਰ ਸਾਡੇ ਕੋਲ ਕੰਮ ਕਰਾਉਣਾ ਆਉਂਦੇ ਆ ਗੋਗੀ ਜੀ ਤੁਸੀਂ ਕਿਹੜੀਆਂ ਕਿਹੜੀਆਂ ਗੱਡੀਆਂ ਦੇ ਇਥੇ ਬਾਡੀ ਲਾਉਂਦੇ ਹੋ ਕੰਪਲੀਟਲੀ ਅਸੀਂ ਜੀ ਜਿਵੇਂ ਕਿ ਟਰੱਕ ਬਾਡੀ 10 ਚੱਕੀ 6 ਚੱਕੀ 14 ਚੱਕੀ 16 ਚੱਕੀ ਟਰਾਲੇ ਠੀਕ ਹੈ ਜੀ ਟਿੱਪਰ ਟਰਾਲ ਤੇ ਆਪਣੇ ਜੋ ਸਟੀਲ ਕਾ ਬਣਾ ਸਾਰੇ ਜਾਂ ਛੋਟੀ ਟਰਾਲੀ ਸਾਰਾ ਕੁਝ ਆਲਮੋਸਟ ਜਿੰਨਾ ਕਿ ਟਰੱਕ ਲੈ ਜਾਂਦਾ ਆਪਣਾ ਚੱਲਣ ਵਾਲਾ ਸਾਰਾ ਕੁਝ ਬਣਾਉਣੇ ਪਾਟ ਸਾਰੇ ਅਸੀਂ ਤੇ ਦੂਜਾ ਇਹਦੇ ਵਿੱਚ ਜਿਹੜਾ ਮਟੀਰੀਅਲ ਵਰਤਿਆ ਜਾਂਦਾ ਉਹ ਕੋਈ ਦੇਸੀ ਲੋਹਾ ਵੀ ਵਰਤਦੇ ਹੋ ਜਾਂ ਕੋਈ ਕੰਪਨੀ ਦਾ ਵਰਤਿਆ ਜਾਂਦਾ ਕਈ ਘਰ ਜੀ ਉਹ ਕੰਮ ਕਰੀ ਜਾਂਦੇ ਆਪਾਂ ਜਿੰਨਾ ਵੀ ਲੋਹਾ ਇਹਨੂੰ ਲਾਉਣੇ ਆ ਸਾਰਾ ਟਾਟਾ ਬ੍ਰਾਂਡ ਦਾ ਹੀ ਲੋਹਾ ਲੱਗਦਾ ਏ ਮੇਨ ਗਾਡਰ ਵੀ ਟਾਟਾ ਦਾ ਸ਼ੀਟਾ ਵੀ ਸਾਰੀਆਂ ਟਾਟਾ ਸਟੈਂਪ ਵਾਲੀਆਂ ਹੋਣਗੀਆਂ ਗਲਤ ਕੰਮ ਨਹੀਂ ਕਰਦੇ ਵੀ ਕੀਤਾ ਇੱਥੇ ਤੁਹਾਡੇ ਕੋਲੇ ਪਿਆ ਵੀ ਤੁਹਾਨੂੰ ਦਿਖਾ ਵੀ ਦੇਣੇ ਲੱਗੀ ਵੀ ਜਾਂਦਾ ਏ ਸਾਰਾ ਟਾਟਾ ਦੇਗਾ ਮਨ ਲਾਵਾ ਪੇਂਟਰ ਜਿਹੜਾ ਪੇਂਟ ਹੈਗਾ ਉਹ ਕੰਪਨੀ ਕਿਹੜੀ ਕੰਪਨੀ ਦਾ ਵਰਤਦੇ ਹੋ ਅਸੀਂ ਪੇਂਟ ਜੀ ਐਸਡੀ ਦਾ ਤੇ ਟੱਚ ਦਾ ਤੇ ਗ੍ਰੈਂਡ ਪਾਲੀ ਕੋਟਸ ਦਾ ਤਿੰਨੇ ਪੇਂਟ ਜਨਕੀ ਯੂਜ਼ ਕਰਦੇ ਆ ਤੇ ਜਨਕੀ ਮੰਨ ਲਓ ਫਰੰਟ ਆ ਸ਼ੋਅ ਆ ਉਹਦੇ ਟੂਕੇ ਵੀ ਅਸੀਂ ਯੂਜ਼ ਕਰਦੇ ਆ ਜਿੰਨਾ ਵੀ ਕਰਦੇ ਆ ਪੇਂਟਰ ਮੇਰੇ ਆਪ ਦੇ ਹੀ ਆ ਕੋਈ ਠੇਕੇ ਦੇ ਸਾਡਾ ਕੰਮ ਨਹੀਂ ਇਹਦੀ ਸਾਡਾ ਕੰਮ ਸਾਫ ਨਾਲ ਤੇ ਵਧੀਆ ਕੰਮ ਹੁੰਦਾ ਹੈ ਇਹ ਕਾਰੀਗਰਾਂ ਤੇ ਡਿਪੈਂਡਡ ਹੁੰਦਾ ਹੈ ਕੰਮ ਕਾਰੀਗਰ ਜਿਹੜੇ ਹੈਗੇ ਤੁਹਾਡੇ ਕੋਲ ਕੀ ਮਾਹਰ ਕਾਰੀਗਰ ਨੇ ਜਾਂ ਤੁਸੀਂ ਆਈਟੇ ਟਾਈਮ ਕੋਈ ਫੜ ਕੇ ਬਣਾਉਂਦੇ ਹੋ ਨਹੀਂ ਜੀ ਮਾਰਕਾਰੀਗਰ ਸਾਡੇ ਕੋਲੇ ਕਈ ਸਾਡੇ ਜਿਹੜੇ ਕਾਰੀਗਰ ਨੇ ਡਿਪਲੋਮਾ ਵੀ ਕੀਤਾ ਵੇ ਇਸ ਕੰਮ ਦਾ ਉਹ ਪੁਰਾਣੇ ਆ ਸਾਡੇ ਬੰਦੇ ਯਾਨੀ ਕਿ ਕੋਈ ਵੀ ਜੇ ਕੰਪਲੇਂਟ ਆਉਂਦੀ ਆ ਉਹਨਾਂ ਨੂੰ ਅਸੀਂ ਕਹਿੰਨੇ ਆ ਜੀ ਵੀ ਆ ਕੇ ਕੰਪਲੇਂਟਾਂ ਆਏ ਆ ਯਾਨੀ ਕਿ ਉਹਨਾਂ ਨੇ ਵੀ ਮੇਰੇ ਕੋਲ ਜਿਹੜੇ ਕਾਰੀਗਰ 15-15 ਤੋਂ 20-20 ਸਾਲ ਹੋ ਗਏ ਤੇ ਸਾਡੇ ਕੋਲੇ ਉਹ ਪੱਕੇ ਕਾਰੀਗਰ ਸਾਡੇ ਚੱਲੇ ਜਾਂਦੇ ਆ ਜੀ ਬਾਕੀ ਮਸ਼ੀਨਾ ਮੈਂ ਦੇਖਿਆ ਹੈ ਕਾਫੀ ਵੱਡੀਆਂ ਮਸ਼ੀਨਾ ਤੁਹਾਡੀ ਇੰਡਸਟਰੀ ਵਿੱਚ ਲੱਗੀਆਂ ਹੋਈਆਂ ਨੇ ਆਦੁਨਿਕ ਤਕਨੀਕ ਦੇ ਨਾਲ ਮਤਲਬ ਬਾਡੀ ਤੁਸੀਂ ਤਿਆਰ ਕਰਦੇ ਹੋ ਇਹ ਸੁਣਿਆ ਜਾਂਦਾ ਸੀ ਸਭ ਤੋਂ ਪੁਰਾਣੀ ਵਰਕਸ਼ਾਪ 1963 1963 ਤੋਂ ਇਸ ਸਮੇਂ ਮੋਗਾ ਸ਼ਹਿਰ ਦੇ ਵਿੱਚ ਲੁਧਿਆਣਾ ਰੋਡ ਦੇ ਉੱਪਰ ਇਹ ਵਰਕਸ਼ਾਪ ਹੈ ਨਿਊ ਦੌਦਰੀਏ ਇਸ ਦੇ ਵਿੱਚ ਆਪਾਂ ਹੋਰ ਗੱਲਬਾਤ ਤੋਂ ਆ ਜਾਣੂ ਹੁੰਦੇ ਆ ਆ ਤੁਸੀਂ ਇੱਕ ਜਿਹੜੀ ਬੋਡੀ ਮੰਨ ਲਓ ਗਾਹਕ ਅੱਜ ਤੁਹਾਡੇ ਕੋਲੇ ਗੱਡੀ ਖੜਾਉਂਦਾ ਹੈ ਕੋੜਾ ਟਰਾਲਾ ਹੋਇਆ ਤੇ ਕਿੰਨੇ ਸਮੇਂ ਦੇ ਵਿੱਚ ਤੁਸੀਂ ਉਹਨੂੰ ਗੱਡੀ ਤਿਆਰ ਕਰਕੇ ਦੇ ਦਿੰਦੇ ਹੋ ਇਹ ਵੀ ਜਿਹੜੇ ਟਾਈਮ ਦੇ ਕਰਾਉਡਿੰਗ ਕਰਾਉਡਿੰਗ ਆ ਜੇ ਮੰਨ ਲਓ ਮੂਰੇ ਆਪਣੇ ਕੋਲ ਕਾਫੀ ਗੱਡੀਆਂ ਖੜੀਆਂ ਆਏ ਠੀਕ ਹੈ ਜੀ ਉਸਨੂੰ ਟਾਈਮ ਲੱਗਦਾ ਜਨਨ ਕਿ ਵੈਸੇ 10 ਤੋਂ 12 ਦਿਨ ਲੱਗ ਜਾਂਦੇ ਇੱਕ ਟਰਾਲੀ ਤਿਆਰ ਕਰਨ ਨੂੰ ਹਾਂਜੀ 10 ਤੋਂ 12 ਦਿਨ ਚਾਹੇ ਟਰੱਕ ਵੋਟੀਆਂ ਚਾਹੇ ਟਿਪਰ ਚਾਹੇ ਟਰਾਲੀ ਕੋਈ ਵੀ 10 ਤੋਂ 12 ਦਿਨ ਹੀ ਲੈਣੇ ਆ ਉਹਦੇ ਮੰਨ ਲਓ ਤੁਹਾਡੇ ਕੋਲ ਹੀ ਗਾਕ ਗੱਡੀ ਲੈ ਕੇ ਅੱਜ ਗੱਡੀ ਖੜਾ ਦਿੱਤੀ ਬਾਡੀ ਲਾਉਣ ਵਾਸਤੇ ਤੇ ਫਿਰ ਉਹਨਾਂ ਨੂੰ ਰਹਿਣ ਸੈਣ ਦਾ ਬਾਹਰ ਕਿਤੇ ਪ੍ਰਬੰਧ ਕਰਨਾ ਪੈਂਦਾ ਆਪਣਾ ਜਾਂ ਕੀ ਕਰਨ ਹੁੰਦਾ ਨਹੀਂ ਜੀ ਸਾਡੇ ਕੋਲੇ ਸਾਰਾ ਪ੍ਰਬੰਧ ਹੈਗਾ ਜੀ ਜਿਵੇਂ ਕਿ ਆਉਂਦੇ ਆ ਸਾਡੇ ਕੋਲੇ ਆਪਣੇ ਰੂਮ ਸਪੈਸ਼ਲ ਤਿਆਰ ਕੀਤੇ ਹੋਏ ਆ ਉਹ ਇੱਥੇ ਰਹਿ ਸਕਦੇ ਆ ਕੋਈ ਹੈ ਨਹੀਂ ਸਭ ਕੁਝ ਉਹਨਾਂ ਨੂੰ ਮਿਲਦਾ ਈ ਰੋਟੀ ਪਾਣੀ ਵੀ ਜੇ ਕੋਈ ਕਵੇ ਦਾ ਸੀ ਉਹ ਵੀ ਸਭ ਦਾ ਉਹਨਾਂ ਨੂੰ ਕਰਾ ਦਿੰਦੇ ਆ ਇੱਥੇ ਫਿਰ ਸਭ ਕੁਝ ਜਾਣੀ ਗੱਲ ਉਹਨਾਂ ਨੂੰ ਇੱਥੇ ਮਿਲਦਾ ਈ ਜੀ ਹਾਂਜੀ ਦੋਸਤੋ ਕੋਈ ਦਿੱਕਤ ਨਹੀਂ ਆਉਂਦੀ ਆਪਾਂ ਇਹ ਸਭ ਕੁਝ ਜਾਣ ਚੁੱਕੇ ਆ ਬਾਕੀ ਇੰਡਸਟਰੀ ਦੇ ਵਿੱਚ ਆਪਾਂ ਬਾਡੀਆਂ ਲੱਗਦੀਆਂ ਵੀ ਦੇਖ ਸਕਦੇ ਹਾਂ ਕਾਰੀਗਰ ਕਿਵੇਂ ਫਟਾਫਟ ਗੱਡੀਆਂ ਬਾਡੀਆਂ ਜਿਹੜੀਆਂ ਤਿਆਰ ਕਰ ਰਹੇ ਨੇ ਗੱਡੀਆਂ ਦੇ ਉੱਪਰ ਫਿਟ ਕਰ ਰਹੇ ਨੇ ਗੱਡੀਆਂ ਦੀਆਂ ਬਾਡੀਆਂ ਤਿਆਰ ਕਰ ਰਹੇ ਨੇ ਪੇਂਟ ਹੋਈਆਂ ਬਾਡੀਆਂ ਵੀ ਆਪਾਂ ਕੰਪਲੀਟ ਬਾਡੀਆਂ ਵੀ ਦੇਖ ਸਕਦੇ ਹਾਂ ਗੱਡੀਆਂ ਦੇ ਜਿਹੜੀਆਂ ਲੱਗੀਆਂ ਹੋਈਆਂ ਨੇ ਬਹੁਤ ਵਧੀਆ ਕੰਮ ਹੋ ਰਿਹਾ ਆਪਾਂ ਦੇਖ ਰਹੇ ਹਾਂ ਵੀਡੀਓ ਦੇ ਰਾਹੀਂ ਦੋਸਤੋ ਆਪਾਂ ਘਰ ਬੈਠੇ ਦੇਖ ਰਹੇ ਹਾਂ ਕੋਈ ਵੀ ਜ਼ਰੂਰਤ ਪੈਂਦੀ ਹੈ ਨਿਊ ਦੋਦਰੀਏ ਆਪਾਂ ਹਮੇਸ਼ਾ ਯਾਦ ਰੱਖਣਾ ਹੈ ਅੱਛਾ ਗੋਗੀ ਜੀ ਇਹਦੇ ਵਿੱਚ ਕੀ ਵਿਸ਼ੇਸ਼ਤਾ ਹੁੰਦੀ ਹੈ ਮੰਨ ਲਓ ਬਾਡੀ ਲਗਾਉਂਦੇ ਕੋਈ ਆਪਾਂ ਕ ਸਕਦੀਆਂ ਹੁੰਦੀਆਂ ਜਿਹੜੀਆਂ ਤੁਸੀਂ ਸਾਨੂੰ ਤੁਹਾਡੇ ਤੋਂ ਜਾਣਕਾਰੀ ਮਿਲ ਸਕੇ ਅਸੀਂ ਵੀਰ ਜੀ ਜਿਵੇਂ ਮੰਨ ਲਓ ਵੀ ਕਈ ਲੋਕ ਟਰਾਲੀਆਂ ਦਾ ਹਰੇਕ ਹੌਣ ਬਣਾਈ ਜਾਂਦੇ ਆ ਉਹਨਾਂ ਦੇ ਕੋਈ ਕਦੇ ਕੋਈ ਟਾਇਰ ਖਾਨ ਲੱਗ ਜਾਂਦੀ ਆ ਮਾੜਾ ਲੋਹਾ ਲਾਉਂਦੇ ਆ ਸਾਡੀ ਇਹ ਫੁੱਲ ਹੈਗੀ ਆ ਵੀ ਕੋਈ ਟਰਾਲੀ ਸਾਡੇ ਟਾਇਰ ਨਹੀਂ ਖਾਊਗੀ ਫੁੱਲ ਸਾਡੀ ਗਾਰੰਟੀ ਹੋਊਗੀ ਹਰੇਕ ਚੀਜ਼ ਦੀ ਵੀ ਜਾਨਕੀ ਨਾ ਕੋਈ ਵੈਲਡਿੰਗ ਕਰੇ ਮੈਂ ਟੋਟਲ ਮੈਗ ਵੈਲਡਿੰਗ ਹੀ ਯੂਜ਼ ਕਰਦੇ ਆ ਇੱਕ ਮੈਂ ਹੋਰ ਦੱਸਾਂ ਵੀ ਜਿਹੜੇ ਕੋਇਲਾਂ ਦੇ ਉੱਤੇ ਕੋਇਲਟਾਂ ਦੀਆਂ ਟਰਾਲੀਆਂ ਦੇ ਵਿੱਚ ਅਸੀਂ ਸਰਫ ਸਪੈਸ਼ਲ ਟਰਾਲੀ ਤਿਆਰ ਕਰਦੇ ਆ ਉਹਨੂੰ ਕੋਈ ਰੱਸਾ ਪਾਉਣ ਦੀ ਲੋੜ ਨਹੀਂ ਕੋਈ ਕੁਝ ਕਰਨ ਦੀ ਲੋੜ ਨਹੀਂ ਕੋਇਲ ਉਹਦੇ ਵਿੱਚ ਉਨਾ ਹੀ ਫਿੱਟ ਰ ਆ ਜਾਂਦਾ ਹੈ ਬਸ ਚਾਹੇ 10 ਟਨ ਦਾ ਕੋਇਲ ਰੱਖ ਲੋ 5 ਦਾ ਰੱਖ ਲੋ ਚਾਹੇ 15 ਟਨ ਦੇ ਦੋ ਦੋ ਰੱਖ ਲੋ ਜੀ ਤੁਸੀਂ ਇਹ ਜਿਹੜਾ ਵਜਨ ਦੇ ਅਕੋਰਡਿੰਗ ਬੋਡੀ ਲਾਉਂਦੇ ਹੋ ਜਿਵੇਂ ਆਪਾਂ ਕਹਿੰਦੀ ਐ ਇੰਨੇ ਟਾਂ ਦਾ ਘੋੜੇ ਵੀ ਵੱਡੇ ਛੋਟੇ ਹੁੰਦੇ ਹੈਗੇ ਹਾਂਜੀ 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 ਘੋੜੇ ਜਿਵੇਂ 55 28 ਆ ਰਹੇ ਹੁਣ ਤਾਂ ਜੀ 10 ਚੱਕੇ ਨਜਤੇ ਵੀ ਆ ਰਹੇ ਆ ਉਹਦੇ ਹਿਸਾਬ ਨਾਲ ਸਾਰੀਆਂ 36 ਫੁੱਟ 40 ਫੁੱਟ ਤੱਕ ਜਾਨਕੀ ਜਿਹੜੀ ਅਗਲਾ ਕਹਿੰਦਾ ਉਸਾ ਨਾ ਬਣ ਜਾਂਦੀ ਹੈ ਜੀ ਸਾਰੀਆਂ ਵਾਡੀਆਂ ਤੁਸੀਂ ਤੈਅ ਕਰਦੇ ਹਾਂਜੀ ਬਿਲਕੁਲ ਫੁੱਲ ਓਵਰ ਰੋਡ ਵੀ ਕਰਦੇ ਆ 100 ਟਾਂ ਤੱਕ ਲੋਕ ਬਾਈ ਫਿਰਦੇ ਵਿੱਚ ਕੋਈ ਕੰਪਲੇਨ ਨਹੀਂ ਕਿਸ ਦੀ ਅਜੇ ਤੱਕ ਆਈ ਜੀ ਸੋ ਦੋਸਤੋ ਨਿਊ ਦੋਧਰੀਏ ਵਰਕਸ਼ਾਪ ਹੈ ਮੋਗਾ ਦੇ ਵਿੱਚ ਬਾਡੀ ਬਿਲਡਰ ਜਿਹੜੀ ਇੰਡਸਟਰੀ ਹੈਗੀ ਹੈ ਲੁਧਿਆਣਾ ਰੋਡ ਦੇ ਉੱਪਰ ਹੈਵੀ ਡਿਊਟੀ ਜਿਹੜਾ ਹੈਗਾ ਬਾਡੀ ਇੱਥੇ ਲਾਈ ਜਾਂਦੀ ਹੈ ਕੰਮ ਹੁੰਦਾ ਬਹੁਤ ਵਧੀਆ ਆਪਾਂ ਕਦੀ ਵੀ ਜ਼ਰੂਰਤ ਪਵੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਨੰਬਰ ਦਿੱਤੇ ਹੋਏ ਨੇ ਸਕਰੀਨ ਦੇ ਉੱਪਰ ਵੀ ਨੰਬਰ ਚੱਲ ਰਹੇ ਨੇ ਫੋਨ ਕਰਕੇ ਵੀ ਜਾਣਕਾਰੀ ਲੈ ਸਕਦੇ ਹਾਂ ਅਗਲੇ ਵੀਡੀਓ ਤੱਕ ਦਿਓ ਆ ਗਿਆ ਬਹੁਤ ਬਹੁਤ ਧੰਨਵਾਦ